ये एडा बड़ा कद जिहड़ा ए ये उहदा सरूप नहीं है करूप आ उहदा करूप। तुसीं गल स्टार्टिंग करी आ घोड़े काले कांटे तो जी। काला कांटा असीं मेरा ख्याल 13-14 दे विच लिआंदा सी सवाए सिंह चंपत तो। नसल संस्कारां दी है, नसल दा कद नाल कोई मतलब नहीं। जिन्ना साढ़े लोग हाइट दे पिछे पै गए उन्ना मैं समझदा वी ब्रीड तों दूर हो रहे आ। हाँ जी। उमर इहदी 4 साल जी 2 महीने। अच्छा जी। हाइट इहदी 65 इंच। अच्छा जी। हाँ। इहदी माँ उन्होंने दस्सिया सी वी अली बाबा ब्लड लाइन तों आ जी, मंत्र धंदा है तां मैं नवें बंदियां नूं राय दऊंगा वी तुहानूं बहुत सोच समझ के कम करना चाहिए। हाँ जी। हाँ जी। वाहिगुरू जी का खालसा, वाहिगुरू जी की फतेह। अज आपां इक इहो जी जगह आए हाँ जिहड़े घोड़े दा नाम आ काला कांटा, ते काले कांटे दा मेरे हिसाब नाल जिहनूं घोड़ियां दी नॉलेज भी नहीं, ਉਹ ਬੱਚੇ ਬੱਚੇ ਨੇ ਵੀ ਉਸ ਘੋੜੇ ਦਾ ਨਾਮ ਸੁਣਿਆ ਅਤੇ ਉਹਦੀ ਜਿਹੜੀ ਜਵਾਨੀ ਆ ਉਹ ਇਸ ਸਟੱਡ ਫਾਰਮ ਦੇ ਉੱਤੋਂ ਕਹਿ ਲਓ ਵੀ ਸ਼ੁਰੂ ਹੋਈ ਸੀ ਚੜ੍ਹਨੀ, ਅਤੇ ਅੱਜ ਉਹ ਦੁਨੀਆ ਦੇ ਉੱਤੇ ਨਾਂ ਕਰਿਆ ਹੋਇਆ ਉਸ ਘੋੜੇ ਨੇ। ਅਤੇ ਅੱਜ ਆਪਾਂ ਸਰਦਾਰ ਜੀ ਕੋਲ ਆਏ ਹਾਂ, ਮਿਲਦੇ ਹਾਂ ਸਰਦਾਰ ਜੀ ਨੂੰ। ਸਰਦਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਦੱਸੋ ਆਪਣੇ ਬਾਰੇ ਥੋੜ੍ਹਾ ਨਾਮ। ਮੇਰਾ ਨਾਂ ਤਜਿੰਦਰ ਸਿੰਘ, ਮੈਂ ਸਾਬਕਾ ਸਰਪੰਚ ਹਾਂ ਜੀ, ਵੈਸੇ ਜ਼ਿਆਦਾ ਕਰਕੇ ਮੈਨੂੰ ਬਿੱਲੂ ਦੇ ਨਾਂ ਨਾਲ ਜਾਣਦੇ ਆ ਜੀ। ਅਤੇ ਜਿਹੜੀ ਸਾਡਾ ਪਿੰਡ ਵੈਸੇ ਤੁਸੀਂ ਦੱਸੇ ਤਾਂ ਕਲਾਰਾ ਮਰਿੰਡੇ ਤੋਂ ਚਮਕੌਰ ਸਾਹਿਬ ਰੋਡ 'ਤੇ 3 ਕਿਲੋਮੀਟਰ 'ਤੇ ਜੀ। ਅਤੇ ਤੁਸੀਂ ਗੱਲ ਸਟਾਰਟਿੰਗ ਕਰੀ ਆ ਘੋੜੇ ਕਾਲੇ ਕਾਂਟੇ ਤੋਂ ਜੀ। ਕਾਲਾ ਕਾਂਟਾ ਅਸੀਂ ਮੇਰਾ ਖਿਆਲ 13-14 ਦੇ ਵਿੱਚ ਲਿਆਂਦਾ ਸੀ ਸਵਾਏ ਸਿੰਘ ਚੰਪਤ ਤੋਂ। ਅੱਛਾ। ਹੁਣ ਅੱਜ ਕੱਲ੍ਹ ਘੋੜਾ ਉਹ ਬਹਿਬਲ ਕਲਾਂ ਸਰਜੀਤ ਸਿੰਘ ਔਰ ਪਰਮਿੰਦਰ ਸਿੰਘ ਉਹਨਾਂ ਦੇ ਘਰੇ, ਚਲੋ ਤੁਸੀਂ ਉਹਦਾ ਜ਼ਿਕਰ ਕਰਤਾ, ਉਹ ਸਾਡੇ ਕੋਲ 3-4 ਸਾਲ ਰਿਹਾ ਜੀ। ਹਾਂਜੀ। ਜਾਣਦੀ ਜਵਾਨੀ ਕਹਿ ਲਓ ਵੀ ਜਦੋਂ ਜਵਾਨੀ ਦਾ ਦੌਰ ਸ਼ੁਰੂ ਹੋਇਆ ਉਹ ਘੋੜੇ ਦਾ ਸਟਾਰਟਿੰਗ ਆਪਣੇ ਇਸ ਸਟੱਡ ਫਾਰਮ ਤੋਂ ਹੀ ਸ਼ੁਰੂ ਹੋਈ ਹੈ ਕਹਿ ਸਕਦੇ ਆਪਾਂ। ਤੁਸੀਂ ਆਪਾਂ ਕਹਿ ਸਕਦੇ ਹਾਂ ਵੀ ਉਦੋਂ ਉਹਦੀ 5-6 ਸਾਲ ਦੀ ਉਮਰ ਸੀ। ਉਮਰ ਸੀਗੀ। ਹਾਂ ਜੀ। ਹਾਂ। 7 ਸਾਲ ਦਾ ਹੋਊਗਾ, ਇੰਨੇ ਕਦੋਂ ਦੀ ਉਮਰ ਹੈ। ਠੀਕ ਹੈ ਜੀ। ਅਤੇ ਆਪਣੇ ਕੋਲ ਉਹ ਕਿੰਨੇ ਸਾਲ ਰਿਹਾ ਜੀ ਫਿਰ? ਆਪਣੇ ਕੋਲ 3-4 ਸਾਲ ਰਿਹਾ ਜੀ ਉਹ। ਅੱਛਾ ਜੀ। 3-4 ਸਾਲ ਰਿਹਾ। ਠੀਕ ਹੈ ਜੀ। ਅਤੇ ਜਿਹੜਾ ਆਪਣੇ ਇਹ ਬਲੱਡ ਲਾਈਨ ਘੋੜੇ ਦੀ ਕਿਹੜੀ ਹੈ ਅਤੇ ਇਹਦਾ ਨਾਮ ਥੋੜ੍ਹਾ ਦੱਸੋਗੇ ਜੀ ਕੀ ਆ? ਇਹ ਤੂਫਾਨ ਬਲੱਡ ਲਾਈਨ ਆ ਜੀ। ਅੱਛਾ ਜੀ। ਇਹ ਕਾਲੇ ਕਾਂਟੇ ਦਾ ਬੱਚਾ ਜੀ। ਅੱਛਾ ਜੀ। ਹਾਂ। ਇਹਦਾ ਨਾਂ ਗੁਫਤਾਬ ਜੀ। ਅੱਛਾ ਜੀ। ਅਤੇ ਵੈਸੇ ਇਹ ਕਈ ਸ਼ੋਆਂ 'ਚ ਵੀ ਲਾਇਆ ਜੀ ਅਸੀਂ। ਅੱਛਾ ਜੀ। ਹਾਂ ਜੀ। ਇਹ ਮਿਲਕ ਟੀ 'ਚ 2 ਨੰਬਰ 'ਤੇ ਆਇਆ ਜੀ। ਅੱਛਾ ਜੀ। ਅਤੇ 2 ਦੰਦ 'ਚ ਇਹ 2 ਜਗ੍ਹਾ ਫਰੀਦਕੋਟ ਅਤੇ ਲੁਧਿਆਣੇ ਸ਼ੋਅ ਹੋਇਆ। ਅੱਛਾ ਜੀ। ਉੱਥੇ 3ਜੀ ਪੋਜੀਸ਼ਨ 'ਤੇ ਆਇਆ। ਅੱਛਾ ਜੀ। ਹਾਲਾਂਕਿ ਇਸ ਸਾਲ ਇਹ ਅਜੇ ਪੂਰਾ ਘੋੜਾ ਨਹੀਂ ਬਣਿਆ, ਮੰਨ ਲਓ ਵੀ ਇਹਨੇ ਅਜੇ ਦੰਦ 2-4 ਵਾਲੀ ਕੈਟਾਗਰੀ 'ਚ ਆਇਆ ਹੀ ਸੀ। ਅੱਛਾ ਜੀ। ਅਸੀਂ ਫਿਰ ਵੀ ਵੱਡੇ ਘੋੜਿਆਂ 'ਚ ਲਾਇਆ ਤਾਂ ਵੀ ਇਹਨੇ ਬੜਾ ਵਧੀਆ। ਅੱਛਾ ਜੀ। ਫਰੀਦਕੋਟ 5ਵੇਂ ਨੰਬਰ 'ਤੇ ਸੀ। ਅੱਛਾ ਜੀ। ਅਤੇ ਲੁਧਿਆਣੇ 7ਵੇਂ 'ਤੇ ਸੀ। 7ਵੇਂ ਨੰਬਰ 'ਤੇ। ਅਤੇ ਇਹਦੀ ਉਮਰ ਕਿੰਨੀ ਕੁ ਆ ਜੀ ਹੁਣ, ਜੇ ਆਪਾਂ ਪ੍ਰੋਪਰ ਜੋ ਦੱਸ ਮਿਣੀ ਹੈ ਵੀ ਸਾਲ ਤੋਂ? ਉਮਰ ਇਹਦੀ 4 ਸਾਲ ਜੀ 2 ਮਹੀਨੇ। ਅੱਛਾ ਜੀ। ਹਾਈਟ ਇਹਦੀ 65 ਇੰਚ। ਅੱਛਾ ਜੀ। ਹਾਂ। ਅਤੇ ਤੁਹਾਡੇ ਸਾਹਮਣੇ ਹੀ। ਅਤੇ ਜੀ ਜਿਵੇਂ ਮੰਨ ਲਓ ਹੁਣ ਇਹਦੇ ਹੋ ਗਿਆ ਵੀ ਆਪਣੇ ਕਾਲੇ ਕਾਂਟੇ ਦਾ ਬੇਟਾ ਕਹਿ ਲੈਂਦੇ, ਪੁੱਤਰ ਆ ਉਹਦਾ ਇਹ। ਹਾਂ। ਅਤੇ ਆਪਣੇ ਕੋਲ ਕਾਲੇ ਕਾਂਟੇ ਦੇ ਹੋਰ ਵੀ ਕੋਈ ਹੈਗੇ ਜਾਨਵਰ, ਜਿਵੇਂ ਕਿਉਂਕਿ ਆਪਣੇ ਕੋਲ ਜਿਵੇਂ ਪਹਿਲਾਂ ਰਿਹਾ ਹੋਇਆ, ਤੁਸੀਂ ਆਪ ਤਿਆਰ ਕਰਿਆ ਹੋਣਾ ਜੀ, ਮਾਂ ਦਾ ਕੋਈ ਪਿੱਛੋਂ ਜਿਹੜਾ ਕਿਹੜੀ? ਇਹਦੀ ਮਾਂ ਵੈਸੇ ਜਿੱਦਾਂ ਉਹਨਾਂ ਨੇ ਸਾਨੂੰ ਦੱਸਿਆ ਸੀ ਜੀ, ਉਹਦਾ DNA ਤਾਂ ਨਹੀਂ ਹੈਗਾ। ਅੱਛਾ ਜੀ। ਇਹਦੀ ਮਾਂ ਉਹਨਾਂ ਨੇ ਦੱਸਿਆ ਸੀ ਵੀ ਅਲੀ ਬਾਬਾ ਬਲੱਡ ਲਾਈਨ ਤੋਂ ਆ ਜੀ ਅਸੀਂ। ਅੱਛਾ ਜੀ। ਉਹਦੇ ਪਰ ਕੋਲ ਤੋਂ ਲੈ ਕੇ ਆਉਂਦੀ ਸੀ। ਅੱਛਾ ਜੀ। ਅਤੇ ਉਹਨੇ ਬੜੇ ਵਧੀਆ 2 ਬੱਚੇ ਪਹਿਲਾਂ, ਇੱਕ ਕਾਲਾ ਜਾਦੂ ਇੱਕ ਤਮੂਰ, ਉਸ ਘੋੜੀ ਨੇ ਦਿੱਤੇ ਆ। ਅੱਛਾ ਜੀ। ਠੀਕ ਹੈ ਜੀ। ਅਤੇ ਉਹ ਵਧੀਆ ਬਲੱਡ ਲਾਈਨ ਦੀ ਘੋੜੀ ਆ, ਉਹ 2 ਬੱਚੇ ਅਸੀਂ ਸੇਲ ਕਰਤੇ ਸੀ। ਵੈਸੇ ਕਾਲੇ ਕਾਂਟੇ ਦੇ ਸਾਡੇ ਕੋਲ ਹੋਰ ਵੀ ਕਈ ਬੱਚੇ ਸੀ, ਪਹਿਲਾਂ ਉਹ ਨੁਕਸਾਨੇ ਗਏ, ਬਹੁਤ ਨੁਕਸਾਨ ਹੋਇਆ। ਅੱਛਾ ਜੀ। ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਆਉਣ ਸਾਡੇ ਕੋਲ। ਅੱਛਾ ਜੀ। ਅਤੇ ਆਪਣੇ ਆਪਣੇ ਫਾਰਮ 'ਤੇ ਟੋਟਲ ਜਾਨਵਰ ਕਿੰਨੇ ਨੇ ਜੀ ਹੋਰ? ਆਪਣੇ ਫਾਰਮ 'ਤੇ ਜੀ ਜਾਨਵਰ ਨੇ 3 ਘੋੜੀਆਂ ਨੇ ਜੀ, ਅਤੇ 3 ਬੱਚੇ ਆ ਜੀ। 3 ਬੱਚੀਆਂ ਨੇ। ਠੀਕ ਆ ਜੀ। ਅਤੇ 2 ਬੱਚੇ ਇਹਦੇ ਆ ਜੀ। ਅੱਛਾ ਜੀ। 1 ਵਛੇਰੀ 1 ਵਛੇਰਾ। ਠੀਕ ਆ ਜੀ। ਅਤੇ ਹੁਣ ਜਿਵੇਂ ਪੜ੍ਹਾਈ ਵਾਸਤੇ ਆਪਣੇ ਕੋਲ ਘੋੜੀਆਂ ਆਉਂਦੀਆਂ ਰਹਿੰਦੀਆਂ ਹੋਣਗੀਆਂ? ਹਾਂਜੀ 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 ਹਾਂਜੀ। ਅਤੇ ਆਪਣੀ ਉਹਦੀ ਫੀਸ ਫੂਸ ਕੁਛ ਹੈ, ਕਿੰਨੀ ਕੁ ਚਾਰਜ ਕਰਦੇ ਹਾਂ ਜੀ ਆਪਾਂ? ਇਹਦੀ ਫੀਸ 31,000 ਰੁਪਈਆ ਜੀ। 31,000 ਰੁਪਈਆ। ਅਤੇ ਜਿਹੜਾ ਆਪਣਾ ਜਦੋਂ ਆਪਣੇ ਕੋਲ ਕਾਲਾ ਕਾਂਟਾ ਘੋੜਾ ਸੀਗਾ ਅਤੇ ਉਹਦੀ ਉਸ ਟਾਈਮ, ਹੁਣ ਤਾਂ ਫੀਸ ਉਹਦੀ ਲੱਖਾਂ ਦੇ ਵਿੱਚ ਪਹੁੰਚੀ ਪਈ ਹੈ, ਅਤੇ ਹੁਣ ਉਦੋਂ ਆਪਾਂ ਉਦੋਂ ਕਿੰਨੀ ਫੀਸ ਸੀ ਉਹਦੀ ਜਦੋਂ ਆਪਣੇ ਕੋਲ ਸੀ? ਅੱਜ ਤੋਂ ਕਹਿ ਲਓ ਉਹਦੀ ਵੀ 31,000 ਸੀ।
अच्छा जी, तो फीस अपनी जन की कह लो भी इन्नी हुआ कोई ये है नहीं भी नहीं है भी बधाना। देखो साढ़े को पहला वो फीस 31,000 सी, कोई ज़्यादा फीस नहीं सी जी, ये भी फीस जी मतलब के घोड़े के मुतलक जी असी बहुत वाजब फीस रखी हुई है जी जी। ठीक है, वो भी फीस साढ़े को 31 सी, ये भी 31 आ। हालांकि जिदा ये मतलब के घोड़ा जहाँ बॉडी स्ट्रक्चर आ तुसी देख रहे हैं कितना मजबूत घोड़ा, बहुत सोहने के बच्चे आए हैं जी। हाँ एक हालांकि इन्हें अगले साल पूरा प्रॉपर घोड़ा मतलब कि इन्हें पूरा 5 साल का हो जाएगा जी। चैंपियन घोड़ा आप कह सकते भी चैंपियन घोड़िया की लिस्ट के आने साल में खड़न लग जूगा। हाँ खड़न लग जू, बाबे की कृपा रही जी ਵਧੀਆ ਹੋਊਗਾ ਜੀ। ਹਾਂ ਨਹੀਂ ਗੁਰੂ ਸਾਹਿਬ ਕਰਨਗੇ, ਕਿਉਂਕਿ ਮੈਂ ਦੇਖਿਆ ਵੀਰੇ ਹੋਣੀ ਜਦੋਂ ਮੈਂ ਆਇਆ ਸੋਹਣੀ ਸੇਵਾ ਕਰ ਰਹੀ ਸੀ ਆਪਣੇ ਫਾਰਮ ਦੀ, ਬਹੁਤ ਸੋਹਣੀ ਸਾਫ਼ ਸਫਾਈ ਰੱਖੀ ਹੋਈ ਆ। ਨਹੀਂ ਇਹ ਜਿੱਦਾਂ ਇਹ ਘੋੜਾ ਥੋੜ੍ਹਾ ਜਿਹਾ ਜਿਵੇਂ ਆਪਾਂ ਕਹਿ ਲਈਏ ਇਹਦਾ ਬਲੱਡ ਪਿਓਰ ਮਾਰਵਾੜੀ ਜੀ। ਚਲੋ ਆਪਣੀ ਚੀਜ਼ ਦੀ ਹਰ ਇੱਕ ਬੰਦਾ ਤਾਰੀਫ ਕਰਦਾ, ਮੈਂ ਤੁਹਾਨੂੰ ਅਸਲੀਅਤ ਦੱਸਦਾ ਜੀ, ਇਹ ਇੰਨਾ ਅੜਬ ਘੋੜਾ ਸੀ ਮੇਰੇ ਬੇਟੇ ਨੇ ਆਪਣੇ ਆਪ ਇਹ ਚਾਲ 'ਚ ਪਾਇਆ। ਅੱਛਾ ਜੀ, ਹਾਂ ਠੀਕ ਹੈ। ਕੋਈ ਬੰਦਾ ਨਹੀਂ ਲਿਆਂਦਾ ਬਾਹਰੋਂ, ਜਿੱਦਾਂ ਮਤਲਬ ਕਿ ਪਹਿਲਾਂ ਸਾਨੂੰ ਲੱਗਦਾ ਸੀ ਵੀ ਤੰਗ ਤਾਂ ਇਹਨੇ ਬਹੁਤ ਕਰਿਆ, ਪਰ ਇਹਨੇ ਆਪਣੇ ਆਪ ਇਹਨੂੰ ਮਤਲਬ ਕਿ ਕਰ ਲਿਆ। ਤੇ ਆਪਣੇ ਮਾਰਵਾੜੀ ਤੋਂ ਚਲੋ ਇੱਕ ਗੱਲ ਚੱਲ ਵੀ ਅੱਜ ਕੱਲ੍ਹ ਇੱਕ ਬੜਾ ਚੱਲ ਰਿਹਾ ਮਤਲਬ ਕਿ ਭੱਜਾ ਭਜਾਈ ਦੀ ਦੌੜ ਦੀ ਵੀ ਭਾਈ, ਜੇ ਘੋੜਾ ਜਣ ਦੀ ਕੱਦ ਦੇ ਹਿਸਾਬ ਨਾਲ ਜ਼ਿਆਦਾ ਮਿਣਿਆ ਜਾਂਦਾ, ਤੁਹਾਡਾ ਉਹਦੇ ਬਾਰੇ ਕੀ ਖਿਆਲ ਆ ਵੀ ਹਾਈਟਦਾਰ ਮਾਂ ਅਤੇ ਮਾਰਵਾੜੀ ਨਾਲ ਕੋਈ ਆਪਸ ਦੇ ਵਿੱਚ ਸੰਬੰਧ ਰੱਖਦੀਆਂ ਨੇ ਚੀਜ਼ਾਂ, ਜਾਂ ਇਹ ਬਸ ਇੱਕ ਜ਼ਿਆਦਾ ਹੀ ਸਭ ਕਹਿਣ ਨੂੰ ਇਹ ਗੱਲ ਜ਼ਿਆਦਾ ਹੋ ਗਈ? ਦੇਖੋ ਜੀ ਗੱਲ ਐਂ ਆ, ਜਿਹੜਾ ਮਾਰਵਾੜੀ ਘੋੜਿਆਂ ਦਾ ਹਾਈਟ ਦਾ ਜਿਹੜਾ ਕਰੇਜ਼ ਅੱਜ ਕੱਲ੍ਹ ਲੋਕਾਂ 'ਚ ਚੱਲ ਪਿਆ, ਹਾਲਾਂਕਿ ਇਹ ਨਹੀਂ ਮੈਂ ਕਹਿ ਸਕਦਾ ਵੀ ਇਹ ਘੋੜੇ ਦੀ ਹਾਈਟ ਘੱਟ ਆ, 65 ਇੰਚ ਘੱਟ ਆ ਇਹਦਾ। ਹਾਂਜੀ, ਹਾਲਾਂਕਿ ਇੱਕ ਸਾਲ ਇਹਦਾ ਹੋਰ ਪਿਆ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਹਾਈਟ ਆ ਨਾ, ਜਿੰਨਾ ਸਾਡੇ ਲੋਕ ਹਾਈਟ ਦੇ ਪਿੱਛੇ ਪੈ ਗਏ ਉਨਾ ਮੈਂ ਸਮਝਦਾ ਵੀ ਬਰੀਡ ਤੋਂ ਦੂਰ ਹੋ ਰਹੇ ਆ। ਹਾਂਜੀ, ਘੋੜਾ ਤਾਂ ਉਹ ਹੋਣਾ ਚਾਹੀਦਾ ਮਾਰਵਾੜੀ ਜਿਹੜਾ ਪਤਾ ਲੱਗੇ ਤੁਰਦੇ ਦਾ ਵੀ ਪਤਾ ਲੱਗੇ, ਹੁਣ ਐਡੇ ਐਡੇ ਵੱਡੇ ਘੋੜੇ ਆ ਉਹ ਸਿੱਧੇ ਪ੍ਰੋਪਰ ਤੁਰਦੇ ਨਹੀਂ ਇੱਦਾਂ ਲੱਤਾਂ ਘੁਮਾ ਘੁਮਾ ਕੇ, ਜੇ ਘੋੜਾ ਐਕਟਿਵ ਨਹੀਂ ਜਾਂ ਮਤਲਬ ਕਿ ਘੋੜੇ 'ਚ ਫੁਰਤੀ ਉਹ ਨਹੀਂ ਜੀ, ਤਾਂ ਫਿਰ ਆਪਾਂ ਉਹਨੂੰ ਕਿੱਦਾਂ ਕਹਿ ਸਕਦੇ ਵੀ ਮਾਰਵਾੜੀ ਘੋੜਾ ਜੀ? ਮਾਰਵਾੜੀ ਘੋੜਾ, ਹਾਂਜੀ ਹਾਂ ਠੀਕ। ਜਾਣਦੀ ਇਹ ਕਹਿ ਸਕਦੇ ਵੀ ਨਸਲ ਸੰਸਕਾਰਾਂ ਦੀ ਹੈ, ਨਸਲ ਦਾ ਕੱਦ ਨਾਲ ਕੋਈ ਮਤਲਬ ਨਹੀਂ। ਅਰੇ ਕੱਦ ਦਾ ਚਲੋ ਕੋਈ ਪੈਮਾਨਾ ਦਾ ਹੁੰਦਾ ਨਾ, ਹੁਣ ਜੋਧਪੁਰ ਸੁਸਾਇਟੀ ਨੇ ਹੁਣ ਮਤਲਬ ਕਿ 65 ਇੰਚ ਕਰੀ ਹੋਈ ਆ ਹਾਈਟ ਜੀ, ਜ਼ਿਆਦਾ ਤੋਂ ਜ਼ਿਆਦਾ 65 ਇੰਚ ਜੀ। ਹੁਣ ਕਈ ਬੰਦੇ ਇਹਦੇ 'ਚ ਮਾਣ ਕਰੀ ਜਾਂਦੇ ਵੀ ਇੰਨੇ ਇੰਚ ਕੱਦ ਹੈ, ਇੰਨੇ ਕੁ ਇੰਚ ਕੱਦ। ਮਾਰਵਾੜੀ ਘੋੜਾ ਤਾਂ ਮਤਲਬ ਕਿ ਗਰਮ ਸੁਭਾਅ ਦਾ, ਗਰਮ ਖੂਨ ਹੈ ਘੋੜੇ ਦਾ ਜੀ, ਅਤੇ ਐਕਟਿਵ ਘੋੜਾ, ਲੰਮੀ ਮਤਲਬ ਕਿ ਦੂਰੀ ਚਾਲ 'ਚ ਜਾਣ ਵਾਲਾ ਅਗਰੈਸਿਵ ਘੋੜਾ ਪੂਰਾ ਜੀ। ਜੇ ਐਡਾ ਵੱਡਾ ਕੱਦ ਜਿਹੜਾ ਇਹ ਉਹਦਾ ਸਰੂਪ ਨਹੀਂ, ਇਹ ਕਰੂਪ ਆ ਉਹਦਾ, ਕਰੂਪ ਆ ਉਹਦਾ। ਹਾਂ ਹਾਂ ਨਹੀਂ ਠੀਕ ਆ ਜੀ, ਅਤੇ ਸਹੀ ਆ ਜੀ। ਅਤੇ ਫਿਰ ਜੀ ਰਾਈਡ 'ਤੇ ਜਾਣ ਦੀ ਕਿੰਨੇ ਕੁ ਦਿਨ ਬਾਅਦ ਜਾਂ ਹਫ਼ਤੇ 'ਚ ਰੋਜ਼ ਹੀ ਰਾਈਡ 'ਤੇ ਜਾਂਦੇ ਹਾਂ ਫਿਰ ਆਪਾਂ ਆਪਣੇ ਜਾਨਵਰਾਂ ਨੂੰ ਲੈ ਕੇ? ਮੇਰਾ ਬੇਟਾ ਹੀ ਕਰਦਾ ਤਕਰੀਬਨ ਹਫ਼ਤੇ 3 ਵਾਰੀ ਦਾ ਅਸੀਂ ਕਰਦੇ ਹੀ ਹਾਂ, ਜਾਂ 3 ਜਾਂ 4 ਵਾਰੀ। ਠੀਕ ਹੈ ਜੀ, ਠੀਕ ਹੈ ਜੀ। ਅਤੇ ਕੋਈ ਹੋਰ ਤੁਸੀਂ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਹੋਵੇ ਆਪਣੇ ਤੌਰ 'ਤੇ ਜਿਹੜੇ ਨਵੇਂ ਇਸ ਲਾਈਨ ਦੇ ਵਿੱਚ ਆ ਰਹੇ ਨੇ, ਜਾਂ ਕਈਆਂ ਨੂੰ ਸ਼ੌਂਕ ਆ ਜਾਂ ਅੱਜ ਕੱਲ੍ਹ ਜ਼ਿਆਦਾਤਰ ਇਹਨੂੰ ਐਜ ਆ ਬਿਜ਼ਨਸ ਵੀ ਲੈਣ ਲੱਗ ਗਏ ਲੋਕ ਵੀ? ਭਾਈ ਮੈਂ ਤਾਂ ਤੁਹਾਡੇ ਮਾਧਿਅਮ ਰਾਹ ਤੋਂ ਕਹਿਣਾ ਚਾਹੁੰਦਾ ਹੈ ਵੀ ਜਿਹੜੇ ਨਵੇਂ ਬੱਚੇ ਨੇ ਜੀ, ਉਹਨਾਂ ਨੂੰ ਪਹਿਲਾਂ ਹੀ ਇਹ ਬਿਜ਼ਨਸ ਸਮਝ ਕੇ ਵਿੱਚ ਆਉਣਾ ਚਾਹੀਦਾ। ਹਾਂਜੀ, ਜੇ ਕੋਈ ਬੰਦਾ ਕਹੇ ਵੀ ਪਹਿਲਾਂ ਹੀ ਮੈਂ ਘੋੜਿਆਂ ਦਾ ਕੋਈ ਮੈਂ ਬਿਜ਼ਨਸ ਕਰਨਾ ਜੀ, ਇਹ ਤਾਂ ਜਿਵੇਂ ਆਮ ਕੋਈ ਵੀ ਬੰਦਾ ਚਾਹੇ ਕੁੱਤੇ ਰੱਖਦਾ ਜਾਂ ਕੋਈ ਹੋਰ ਆ, ਜਦ ਬੰਦਾ ਮਤਲਬ ਕਿ ਮਾਸਟਰ ਹੋ ਜਾਂਦਾ ਕੰਮ 'ਚ, ਇਹ ਸ਼ੌਂਕ ਤਾਂ ਕੱਲ੍ਹ ਨੂੰ ਬਿਜ਼ਨਸ 'ਚ ਕਨਵਰਟ ਹੋ ਸਕਦਾ। ਹਾਂਜੀ, ਜੇ ਆਪਾਂ ਸਿੱਧਾ ਬਿਜ਼ਨਸ ਕਹੀਏ ਤਾਂ ਮੈਂ ਸਮਝਦਾ ਇਹ ਮੂਰਖਤਾ ਹੀ। ਹਾਂਜੀ, ਕਿਉਂਕਿ ਜਾਨਵਰ ਨਾਲ ਪਿਆਰ ਹੋਣਾ ਜ਼ਰੂਰੀ ਆ। ਹਾਂ, ਜਾਨਵਰ ਨਾਲ ਜੇ ਸ਼ੌਂਕ 'ਚ ਰੱਖੋਗੇ, ਹੁਣ ਅਸੀਂ ਪਹਿਲਾਂ ਸਟਾਰਟਿੰਗ 'ਚ ਘੋੜੇ ਬਿਲਕੁਲ ਸ਼ੌਂਕ ਦੇ ਤੌਰ ਤਰੀਕੇ 'ਤੇ ਰੱਖੇ ਆ ਜੀ। ਵੈਸੇ ਤਾਂ ਮੈਂ ਸਮਝਦਾ ਇਹ ਜੀ ਜ਼ਿਆਦਾ ਕਰਕੇ ਤਾਂ ਲੋਕ ਸ਼ੌਂਕ 'ਚ ਰੱਖਦੇ ਆ ਜੀ, ਠੀਕ ਹੈ ਜੀ। ਅਤੇ ਜੇ ਹੁਣ ਕਈ ਬੰਦੇ ਕਿਸੇ ਨੂੰ ਦੇਖ ਲੈਣ, ਸੁਣ ਲੈਣ ਵੀ ਉੱਥੇ ਘੋੜਾ ਇੰਨਾ ਮਹਿੰਗਾ ਵਿਕਿਆ ਜੀ, ਇੱਦਾਂ ਹੋਇਆ ਵੀ ਇਹ ਤਾਂ ਬਹੁਤ ਲਾਹੇਮੰਦ ਧੰਦਾ, ਤਾਂ ਮੈਂ ਨਵੇਂ ਬੰਦਿਆਂ ਨੂੰ ਰਾਏ ਦਊਂਗਾ ਵੀ ਤੁਹਾਨੂੰ ਬਹੁਤ ਸੋਚ ਸਮਝ ਕੇ ਇਹ ਕੰਮ ਕਰਨਾ ਚਾਹੀਦਾ। ਹਾਂ ਜੀ ਹਾਂ, ਅਤੇ ਪਹਿਲਾਂ ਇਹਦੇ 'ਚ ਮਾੜਾ ਜਿਹਾ ਤੁਸੀਂ ਜੇ ਤੁਸੀਂ ਸਟਾਰਟਿੰਗ ਵੀ ਕੋਈ ਕਰਨੀ ਇੱਕ ਦੋ ਘੋੜੇ ਰੱਖ ਕੇ, ਪਹਿਲਾਂ ਤੁਸੀਂ ਉਹਦੇ 'ਚ ਆਪਣਾ ਤਜਰਬਾ ਕਰੋ, ਫਿਰ ਅੱਗੇ ਵਧਣ ਬਾਰੇ ਸੋਚੋ। ਹਾਂ ਨਹੀਂ ਸਹੀ ਆ ਜੀ, ਅਤੇ ਚਲੋ ਜੀ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ। ਅਤੇ ਦੋਸਤੋ ਆਪਾਂ ਆਏ ਸੀਗੇ, ਸਰਦਾਰ ਸਾਹਿਬ ਜੀ ਨੇ ਆਪਾਂ ਨੂੰ ਬਹੁਤ ਸੋਹਣੀਆਂ ਜਿਹੜੀਆਂ ਗੱਲਾਂ ਦੱਸੀਆਂ ਨੇ, ਅਤੇ ਜਿਹੜੀ ਸਭ ਤੋਂ ਵੱਡੀ ਗੱਲ ਮੈਨੂੰ ਵਧੀਆ ਲੱਗੀ ਆ ਵੀ ਭਾਈ ਕੋਈ ਵੀ ਜਦੋਂ ਤੁਸੀਂ ਨਵੇਂ ਕਿੱਤੇ ਦੇ ਵਿੱਚ ਆਉਂਦੇ ਹੋ, ਜੇ ਤੁਹਾਨੂੰ ਉਹਦਾ ਸ਼ੌਂਕ ਆ ਤਾਂ ਤੁਸੀਂ ਉਸ ਕਿੱਤੇ ਦੇ ਵਿੱਚ ਕਾਮਯਾਬ ਹੋ ਸਕਦੇ ਹੋ।
नहीं तो जिवें कह लो भी भज्जा भजाई की दौड़ के कह लो बखियां ही चढ़दियां हुंदियां ने, कोई फायदा तो हुंदा नहीं। पहला तुसीं अपना जिहड़ा शौक आ, जे तुहानूं शौक आ तुसीं डिसाइड करो भी तुसीं किसे जानवर दे नाल प्यार पा सकदे हो, फिर तुसीं जिहड़ा अपना ये सफर तय कर सकदे हो घोड़ियां दा। ते चंगा जी, बहुत बहुत धन्नवाद जी, वाहिगुरू जी का खालसा वाहिगुरू जी की फतेह। जे भाई थोनू ये वीडियो वधिया लगी तो अपने जिन्ने भी मित्र प्यारे हैगे ने जां जिहड़े जानवरां नूं प्यार करन वाले ने सारयां दे नाल ये वीडियो जिहड़ी सांझी करिओ। तो मिलते हैं किसी होर वधिया जी वीडियो दे नाल, ते अपने हसदे खेडदे पंजाब दीआं गल्लां बातां करदे रहांगे। धन्नवाद जी, वाहिगुरू जी का खालसा वाहिगुरू जी की फतेह।